ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਮੀਡੀਆ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਬਲ ਮਾਸਟਰ ਬੰਨਾ ਹੈ ਤਾਂ 50 ਫੀਸਦੀ ਦੇ ਨਾਲ ਪੰਜਾਬੀ ਤਾਪਾਸ ਕਰਨ ਹੀ ਪਵੇਗੀ ਪੰਜਾਬ ਅਤੇ ਅਕਤੂਬਰ 2022 ਦੇ ਵਿੱਚ ਆ ਕੱਢੇ ਗਏ 5994 ITT ਦੀਆਂ ਪ੍ਰੀਖਿਆਵਾਂ ਦੇ ਭਰਤੀ ਵਿੱਚ ਪੰਜਾਬੀ ਭਾਸ਼ਾ ਦਾ ਵਿਸ਼ੇਸ਼ ਟੈਸਟ ਪਾਸ ਕਰਨ ਦੀ ਸ਼ਾਮਲ ਕੀਤੀ ਮਦ ਨੂੰ ਚੁਣੌਤੀ ਦਿੰਦਿਆਂ ਪਟੀਸ਼ਨਾਂ ਦਾ ਨੰਬੇੜਾ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ 3 ਮਹੀਨਿਆਂ ਦੇ ਵਿੱਚ ਮੋੜਾ ਟੈਸਟ ਲੈਣ ਦਾ ਹੁਕਮ ਦਿੱਤਾ ਅਤੇ 6 ਮਹੀਨਿਆਂ ਦੇ ਵਿੱਚ ਭਰਤੀ ਮੁਕੰਮਲ ਕਰਨ ਲਈ ਕਿਹਾ ਹੈ ITT ਦੇ ਉਮੀਦਵਾਰਾਂ ਦੇ ਬੋਲੋ ਉਹਨਾਂ ਤੇ ਨਵੇਂ ਨਿਯਮ ਲਾਗੂ ਨਾ ਹੋਣ ਦੇ ਦਲੀਲ ਹਾਈ ਕੋਰਟ ਨੇ ਨਹੀਂ ਮੰਨਿਆ ਤੇ ਉਹਨਾਂ ਨੇ ਵੀ 50% ਦੇ ਅੰਕਾਂ ਦੇ ਨਾਲ ਪੰਜਾਬੀ ਦਾ ਵਿਸ਼ੇਸ਼ ਟੈਸਟ ਪਾਸ ਕਰਨ ਲਾਜ਼ਮੀ ਕਰ ਦਿੱਤਾ ਜਿੱਥੇ ਤੱਕ ਗਰੁੱਪ 1 ਅਤੇ 2 ਦੀ ਭਰਤੀ ਵਿੱਚ ਇਹ ਸਬ ਵਿਸ਼ੇਸ਼ ਟੈਸਟ ਨੂੰ ਲਾਗੂ ਨਾ ਕਰਨ ਨੂੰ ਵਿਤਕਰਾ ਦੱਸਿਆ ਗਿਆ ਤੇ ਉੱਥੇ ਹੀ ਹਾਈ ਕੋਰਟ ਨੇ ਕਹਿ ਕੇ ਇਹ ਸਰਕਾਰ ਦੇ ਅਖਤਿਆਰ ਦੇ ਅਧੀਨ ਹ ਤੇ ਉਹ ਕਿਸੇ ਤਰ੍ਹਾਂ ਦਾ ਫੈਸਲਾ ਲੈ ਸਕਦੀ ਹੈ ਅਗਲੀ ਖਬਰ ਮੌਸਮ ਨੂੰ ਲੈ ਕੇ ਆਇਆ ਇਹ ਵੱਡਾ ਅਪਡੇਟ ਜਾਣੂ ਕਦੋਂ ਪਵੇਗਾ ਮੀ ਪਿਛਲੇ ਕਾਝ ਦਿਨਾਂ ਤੋਂ ਰਾਤ ਦਾ ਤਾਪਮਾਨ ਠੰਡਾ ਬਣਿਆ ਹੋਇਆ ਬੀਤੀ ਰਾਤ ਤੱਕ ਠੰਡਾ ਤਾਪਮਾਨ ਦੇ ਵਿੱਚ 6 ਡਿਗਰੀ ਦੇ ਗ੍ਰਾਡਟ ਦਰਜ ਕੀਤੀ ਗਈ ਤਾਪਮਾਨ ਲਗਭਗ 18 ਡਿਗਰੀ ਦਰਜ ਕੀਤਾ ਗਿਆ ਦਿਨ ਦੇ ਤਾਪਮਾਨ ਵਿੱਚ ਵੀ 7 ਡਿਗਰੀ ਦੇ ਗ੍ਰਾਡਟ ਦਰਜ ਕੀਤੀ ਗਈ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਪ੍ਰੈਲ ਮਹੀਨੇ ਦੇ ਵਿੱਚ ਹੁਣ ਤੱਕ ਇੱਕ ਵਾਰ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਸੀ ਮਈ ਦੇ ਪਹਿਲੇ ਦਿਨ ਤਾਪਮਾਨ 3 ਡਿਗਰੀ ਤੱਕ ਦਾ ਦਰਜਾ ਕੀਤਾ ਗਿਆ ਚੰਡੀਗੜ੍ਹ ਮੌਸਮਾ ਵਿਭਾਗ ਦੇ ਮੁਤਾਬਕ ਅੱਜ ਮੌਸਮ ਸਾਫ਼ ਰਹਿ ਗਿਆ ਜਲ ਕੇ ਸ਼ੁਕਰਬਾਦ ਨੂੰ ਭਾਲ ਕੇ ਜਾਨੀ ਕਿ ਇੱਕ ਵਾਰ ਫਿਰ ਸਰਦ ਬੈਚ ਅਚਕ ਤੌਰ ਤੇ ਬਦਲ ਬਾਈ ਰਹਿਣ ਦੀ ਸੰਭਾਵਨਾ ਤੇ ਇੱਕ ਵਾਰ ਫਿਰ 4 ਮਹੀਨ ਨੂੰ ਸਰਦ ਬੈਚਾਂ ਮੀਂਹ ਪੈਣ ਦੀ ਸੰਭਾਵਨਾ ਤੇ ਇੱਕ ਵੈਟਰਨ ਡਿਸਟਰਬੈਂਸ ਸਰਗਰਮ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਮੀਂਹ ਤੇ ਗਰਜ ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹਾਲਾਂਕਿ ਇਸ ਤੋਂ ਬਾਅਦ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਕੰਟਰੋਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਰੇਲਵੇ ਵਿਭਾਗ ਨੇ ਯਾਤਰੀਆਂ ਨੂੰ ਦਿੱਤੀ ਇਹ ਵੱਡੀ ਰਾਹਤ ਰੇਲਵੇ ਨਵੇਂ ਤਕਨੀਕ ਦੇ ਵਰਤੋਂ ਕਰਕੇ ਯਾਤਰੀਆਂ ਦੀਆਂ ਸਹੂਲਤਾਂ ਦੇ ਵਿੱਚ ਤੇਜੇ ਦੇ ਨਾਲ ਵਾਅਦਾ ਕਰਿਆ ਤੇ ਇਸ سلسلے ਦੇ ਵਿੱਚ ਰੇਲਵੇ ਵਿਭਾਗ ਨੇ ਜਨਰਲ ਡੱਬਿਆਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ ਐਸ ਲੜੀ ਦੇ ਤਹਿਤ ਰੇਲ ਗੱਡੀ ਦੇ ਜਨਰਲ ਕੋਚ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਅੱਜ ਤੋਂ ਘਰ ਬੈਠੇ ਟਿਕਟ ਬੁਕਿੰਗ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ ਨਵੀਂ ਸਹੂਲਤ ਦੇ ਤਹਿਤ ਆਮ ਯਾਤਰੀਆਂ ਨੂੰ ਟਿਕਟ ਖਰੀਦਣ ਦੇ ਲਈ ਕਾਊਂਟਰ ਤੇ ਜਾਣ ਦੀ ਲੋੜ ਨਹੀਂ ਪਵੇਗੀ ਆਪਣੇ ਮੋਬਾਈਲ ਫੋਨ ਦੇ ਰਾਹੀਂ ਟਿਕਟ ਬੁੱਕ ਕਰ ਸਕਣਗੇ ਇਹਦੇ ਲਈ ਰੇਲਵੇ ਮੰਤਰਾਲੇ ਦੇ ਮੋਬਾਈਲ ਐਪਲੀਕੇਸ਼ਨਾਂ UTS ਆਨ ਮੋਬਾਈਲ ਨੂੰ ਆਪਣੇ ਮੋਬਾਈਲ ਦੇ ਪਲੇ ਸਟੋਰ ਤੋਂ ਡਾਊਨਲੋਡ ਕਰਨਾ ਹੋਵੇਗਾ UTS ਦੀ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਤੋਂ ਬਾਅਦ ਆਪਾ ਭੋਗਤਾ ਨੂੰ ਆਪਣੀ ਭਾਸ਼ਾ ਦੇ ਚੋਣ ਕਰਨੀ ਪਵੇਗੀ ਤੇ ਉਸ ਤੋਂ ਬਾਅਦ ਪ੍ਰਕਿਰਿਆ ਸ਼ੁਰੂ ਹੋਵੇਗੀ ਅਗਲੀ ਖਬਰ ਅੱਧੀ ਰਾਤ ਨੂੰ ਗੁਰਦੁਆਰਾ ਸਹਿਬਤ ਲੱਗੀ ਭਿਆਨਕ ਅੱਗ ਜਨ ਉਸ ਤੋਂ ਹਰਿਆਣਾ ਦੇ ਸੁਨੀਪਾਟਾ ਜ਼ਿਲ੍ਹੇ ਦੇ ਗੋਹਾਨਾ ਸ਼ਰਦੇ ਮੁਗਲਪੁਰਾ ਸਥਿਤ ਗੁਰਦੁਆਰੇ ਸਹਿਬਾ ਜ ਦਿ ਰਾਤ ਅੱਗ ਲੱਗ ਗਈ ਅੱਗ ਲੱਗਣ ਤੋਂ ਬਾਅਦ ਮੌਕੇ ਦੇ ਉੱਤੇ ਹਫੜਾ ਦੱਫੜੀ ਮੱਚ ਗਈ ਫਾਇਰ ਬਰਗੇਡ ਨੂੰ ਸੂਚਨਾ ਦਿੱਤੇ ਗਏ ਬਾਅਦ ਵਿੱਚ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਕਾਫੀ ਨੁਕਸਾਨ ਹੋ ਚੁੱਕਾ ਸੀ ਜਾਣਕਾਰ ਦੇ ਮੁਤਾਬਕ ਇਹ ਘਟਨਾ ਬੁੱਧਵਾਰ ਰਾਤ ਤਕਰੀਬ 1 ਵਜੇ ਦੀ ਹੈ ਗੁਰਦੁਆਰਾ ਗੁਰੂ ਕਲਗੇਦਾਰ ਸਹਿਬਾ ਗਹਾਨਾ ਸ਼ਰਦੇ ਮੁਗਲਪੁਰਾ ਦੇ ਵਿੱਚ ਹੈ ਮੰਨਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਆ ਹੋਇਆ ਇਹ ਕਿ ਜਦੋਂ ਗਵੰਦ ਦੇ ਵਿੱਚ ਰਹਿਣ ਵਾਲੇ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਧੂਆ ਨਿਕਲਦਾ ਦੇਖਿਆ ਤਾਂ ਉਸਨੇ ਰੌਲਾ ਪਾ ਕੇ ਆਸ-ਪਾਸ ਦੇ ਲੋਕਾਂ ਨੂੰ ਜਗਾਇਆ ਹਾਲਾਂਕਿ ਜਦੋਂ ਤੱਕ ਲੋਕ ਆ ਪਹੁੰਚੇ ਉਦੋਂ ਤੱਕ ਗੁਰਦੁਆਰਾ ਸਾਹਿਬ ਵਿੱਚ ਪੂਰੀ ਤਰ੍ਹਾਂ ਦੇ ਨਾਲ ਅੱਗ ਦੇ ਲਪੇਟ ਦੇ ਵਿੱਚ ਆ ਕੇ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ ਅਗਲੀ ਖਬਰ ਹਰਜੀਤਾ ਗਰੇਵਾਲ ਦੇ ਸਿੱਖਾਂ ਬਾਰੇ ਬਿਆਨ ਤੋਂ ਪੜ ਕੇ ਸ਼੍ਰੋਮਣੀ ਕਮੇਟੀ ਧਾਮੀ ਬੋਲੇ RSS ਤੇ BJP ਚੋਂਦੀ ਗੁਰੂ ਘਰਾਂ ਦੇ ਪ੍ਰਬੰਧ ਜੀ ਆਂ ਦੋਸਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ RSS ਅਤੇ BJP ਤੇ ਹਮਲਾਬਰ ਹੋ ਗਿਆ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸੰਘਾ ਧਾਮੀ ਨੇ ਇਲਜ਼ਾਮ ਲਾਇਆ ਕਿ RSS ਦੇ ਏਜੰਡੇ ਤਹਿਤਾ ਕੰਮ ਕਰਨ ਵਾਲੀ BJP ਸੱਖਾ ਮਸਲਿਆਂ ਵਿੱਚ ਦਖਲ ਅੰਦਾਜ਼ੀ ਕਰਕੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਸਿੱਧੇ ਅ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਨਾ ਚਾਹੁੰਦਿਆ ਦਰਸਾਲੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਕਮਿਨੇ ਭਾਈਪਾ ਆਗੂ ਹਰਜੀਤ ਸਿੰਘ ਗਰੇਵਾਲ ਨੂੰ ਮੋੜਮਾ ਜਵਾਬ ਦਿੰਦਿਆਂ ਕਹਿ ਕੇ ਸਿੱਖ ਸੰਸਥਾ ਸ਼ਰਮਣੀ ਕਮੇਟੀ ਪੰਥ ਦੇ ਪਹਿਰੇਦਾਰ ਹੁੰਦਿਆਂ ਸਿੱਖ ਸਿਧਾਂਤਾਂ ਦੇ ਵਿਰੋਧਾ ਗਤੀਵਿਧੀਆਂ ਤੇ ਹਮੇਸ਼ਾ ਆਵਾਜ਼ ਉਠਾਉਂਦੇ ਰਵੇਗੀ ਉਹਨਾਂ ਨੇ ਕਹਿ ਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਕੁਝ ਮੈਂਬਰਾਂ ਦੇ ਬਲੂ ਭਾਈਪਾ ਦੇ ਵਿੱਚ ਜਾਣ ਦਾ ਸ਼ਰਮਣੀ ਕਮੇਟੀ ਦੇ ਵੱਲੋਂ ਵਿਰੋਧ ਕੀਤਾ ਜਾਣ ਮਗਰੋਂ ਹਰਜੀਤ ਗਰੇਵਾਲ ਸਿੱਕਾ ਸਿਧਾਂਤਾਂ ਨੂੰ ਰਲਗੱਡ ਕਰਨ ਦੇ ਵਾਲੀ ਭਾਈਪਾ ਦੇ ਸਾਜ਼ਿਸ਼ੀ ਨੀਤੀ ਦੇ ਤਹਿਤ ਬਿਆਨਬਾਜ਼ੀ ਕਰ ਰਹੇ ਹਨ ਅਗਲੀ ਖਬਰ ਗੋਲਡੀ ਬਰਾਡ ਦੇ ਅਮਰੀਕਾ ਦੇ ਵਿੱਚ ਮੌਤ ਦਾ ਸੱਚ ਆ ਸਾਹਮਣੇ ਪੁਲਿਸ ਨੇ ਕੀਤਾ ਵੱਡਾ ਖੁਲਾਸਾ ਕੌਣ ਸੀ ਮਰਨ ਵਾਲਾ ਜਨ ਉਸ ਤੋਂ ਵਿਦੇਸ਼ ਦੇ ਵਿੱਚ ਲੋਕੀ ਗੈਂਗਸਟਰ ਗੋਲਡੀ ਬਰਾਡ ਦੇ ਕਤਲ ਦੀ ਬੀਤੇ ਦਿਨ ਖਬਰ ਸਾਮਣੇ ਆਈ ਸੀ ਹਾਲਾਂਕਿ ਉਸ ਸਮੇਂ ਐਸ ਖਬਰ ਦੀ ਕਿਸੇ ਵੀ ਏਜੰਸੀ ਨੂੰ ਪੁਸ਼ਟੀ ਨਹੀਂ ਕੀਤੀ ਸੀ ਹੁਣ ਖਬਰ ਆ ਸਾਹਮਣੇ ਆ ਰਹੀ ਆ ਕਿ ਜੋ ਬੀਤੇ ਦਿਨ ਪ੍ਰਿਜਨੋ ਦੇ ਕੈਲੀਫੋਰਨੀਆ ਦੇ ਬੈਚਾਂ ਗੋਲੀਬਾਰੀ ਹੋਈ ਸੀ ਉਸ ਵਿੱਚ ਭਾਰਤੀ ਗੈਂਗਸਟਰ ਗੋਲੀ ਬਰਾਡ ਦੀ ਮੌਤ ਨਹੀਂ ਹੋਈ ਸੀ ਐਸ ਖਬਰ ਦੇ ਪੁਸ਼ਟੀ ਅਮਰੀਕੀ ਅਖਬਾਰ ਦਾ ਪ੍ਰਿਜਨੋ ਬੀ ਨੇ ਕੀਤਾ ਦਾ ਫ੍ਰੈਸ਼ ਨੋ ਬੀ ਦੇ ਮੁਤਾਬਕ ਕੈਲੀਫੋਰਨੀਆ ਦੇ ਬੈਚ ਹੋਏ ਕਤਲ ਦੇ ਬੈਚਾਂ ਮਾਰਨ ਵਾਲੇ ਦੀ ਪਛਾਣ 37 ਸਾਲ ਦੇ ਐਕਸ ਬੀਆਰ ਗਲੈਂਡੇ ਦੇ ਤੌਰ ਤੇ ਕੀਤੀ ਗਿਆ ਸੂਤਰਾਂ ਮੁਤਾਬਕਾ ਪੁਲਿਸ ਨੇ ਹੀ ਮਾਰਨ ਵਾਲੇ ਦੀ ਸਨਾਖਤ ਜੈਵੀਅਰ ਗਲੈਂਡੇ ਦੇ ਵਜੋਂ ਕੀਤੀ ਪਰ ਹਲੇ ਤੱਕ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਅਗਲੀ ਖਬਰਾ ਸੁਧਮੂਸ ਬਾਲਕਾ ਤਲਕੇ ਦੇ ਬੱਚਾ ਲਾਰੈਂਸ ਬਿਸ਼ਨੂਈ ਤੇ ਜੱਗੂ ਭਗਵਾਨਪੁਰੀਆ ਸਮੇਤ ਸਤਾਈ ਮੋਲਜਮਾਂ ਦੇ ਖਿਲਾਫ ਦੋਸ਼ ਆਏ ਦਾ ਵੀ ਮੈਨੂੰ ਅਗਲੀ ਸੁਣਵਾਈ ਮਰਹੂਮਾ ਪੰਜਾਬੀ ਗਾਇਕ ਸੁਧਮੂਸ ਬਾਲਕਾ ਤਲਕੇ ਦੇ ਬੱਚਾ ਮਾਨਸਾ ਅਦਾਲਤ ਨੇ ਕਾਲਾ ਵੱਡਾ ਫੈਸਲਾ ਸੁਣਾਇਆ ਅਦਾਲਤ ਨੇ ਸਾਰੇ ਮੁਲਜ਼ਮਾਂ ਦੇ ਖਿਲਾਫ ਦੋਸ਼ ਆਇਤਾ ਕਰ ਦਿੱਤ ਹਨ ਸੈਸ਼ਨ ਕੋਰਟ ਨੇ ਲਾਰੈਂਸ ਬਸ਼ਨੂਏ ਅਤੇ ਜੱਗੂ ਭਗਵਾਨਪੁਰਿਆ ਦੀ ਉਸ ਅਰਜੀ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ ਇਸ ਮਾਮਲੇ ਦੇ ਹੁਣ ਅਗਲੀ ਸੁਣਵਾਈ 20 ਮਈ ਨੂੰ ਹੋਵੇਗੀ ਪੰਜਾਬੀ ਗਾਇਕ ਸੁਧਮੂਸ ਬਲਦੇ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਦੱਸਦੇ ਕਿ ਫੈਸਲਾ ਮਾਨਸਾ ਸ਼ੈਸ਼ਨ ਕੋਰਟ ਦੇ ਜੱਜ ਹਰੀ ਸਿੰਘਾ ਗਰੇਵਾਲ ਦੇ ਅਦਾਲਤ ਵਿੱਚ ਸੁਣਾਇਆ ਗਿਆ ਡਰਾਈਵਰਾਂ ਸਾਵਧਾਨ ਦੁਪਈਆ ਬਾਣਾ ਨੂੰ ਮਹੱਜ 204 ਰੁਪਏ ਨੂੰ 500 ਰੁਪਏ ਦਾ ਮਿਲੇਗਾ ਜੇਕਰ ਤੁਸੀਂ ਕਾਰ ਦੇ ਰਹਿਣ ਸਫਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਦਰਅਸਲ ਤ੍ਰਿਪੁਰਾ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਖਰੀਦ ਅਤੇ ਬੇਚ ਦੇ ਲਈ ਸੀਮਾ ਤੈਅ ਕਰ ਦਿੱਤੀ ਹੈ ਇਸ ਤਹਿਤ ਦੁਪਈਆ ਬਾਣਾ ਤੇ ਸਿਰਫ 200 ਰੁਪਏ ਪ੍ਰਤੀ ਦਿਨ ਜਾਂ ਕੇ 4 ਰੁਪਏ ਬਾਣਾ ਤੇ ਸਿਰਫ 500 ਰੁਪਏ ਤੱਕ ਦਾ ਪੈਟਰੋਲ ਅਤੇ ਡੀਜ਼ਲ ਮਿਲ ਸਕੇਗਾ ਰਾਜ ਦੇ ਵਿੱਚ ਆਉਣ ਵਾਲੀਆਂ ਮਾਲ ਗੱਡੀਆਂ ਦੇ ਵਿੱਚ ਵਿਗੜਾ ਪੈਣ ਦੇ ਕਾਰਨ ਈਦਨ ਭੰਡਾਰ ਦੇ ਵਿੱਚ ਕਮੀ ਦੇ ਮੱਦੇ ਨਜ਼ਰ ਸਰਕਾਰ ਨੇ ਇਹ ਵੱਡਾ ਕਦਮ ਚੁੱਕਿਆ ਹੈ ਦਰਅਸਲ ਅਸਾਮ ਦੇ ਅਜ ਟਿੰਗਾ ਦੇ ਵਿੱਚ ਜ਼ਮੀਨ ਹੈ ਕਿਸ ਕੰਦੇ ਕਾਰਨ ਤ੍ਰਿਪੁਰਾ ਆਉਣ ਵਾਲੀਆਂ ਮਾਲ ਗੱਡੀਆਂ ਪ੍ਰਭਾਵਿਤ ਹੋਆਂ ਤੇ ਮਰਮਤ ਦੇ ਕੰਮ ਤੋਂ ਬਾਅਦ ਯਾਤਰੀ ਰੇਲ ਸੇਵਾ 6 ਅਪ੍ਰੈਲ ਨੂੰ ਬਹਾਲ ਕਰ ਦਿੱਤੇ ਗਏ ਸੇ ਪਰ ਜਟੇੰਗਾ ਦਰਾਈ ਰੇਲ ਸੇਵਾ ਅਜੇ ਵੀ ਮੁਅਤਲ ਹੈ ਅਗਲੀ ਖਬਰ ਕਿ ਸਾਨੂੰ ਦੀ ਕਿਸਮਤ ਬਦਲਦਿਆਂ ਇਹ ਤਿੰਨ ਸਰਕਾਰੀ ਸਕੀਮਾਂ ਸਰਕਾਰ ਹਮੇਸ਼ਾ ਭਾਰਤੀ ਕਿਸਾਨਾਂ ਦੇ ਲਈ ਕੰਮ ਕਰ ਰਹੀ ਆ ਤੇ ਐਸਾ ਸਰਕਾਰ ਦੇ ਕੰਮਾਂ ਦੇ ਲਿਸਟ ਤੇ ਨਜ਼ਰ ਮਾਰੀਓ ਤਾਂ ਤੁਹਾਨੂੰ ਇਸ ਵਿੱਚ ਬਹੁਤ ਸਾਰੀਆਂ ਸਕੀਮਾਂ ਮਿਲ ਜਾਣੀਆਂ ਜੋ ਕਿ ਕਿਸਾਨ ਦੇ ਭਲਾਈ ਦੇ ਲਈ ਲਿਆਂਦੀਆਂ ਗਈਆਂ ਤੇ ਅੱਜ ਅਸੀਂ ਤੁਹਾਨੂੰ ਅਜਿਹੀਆਂ ਤਿੰਨ ਸਕੀਮਾਂ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜੋ ਕਿ ਹਰ ਮੌਸਮ 'ਤੇ ਬੈਚਾ ਭਾਰਤੀ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰਦਿਆਂ ਤੇ ਇੱਕ ਸਕੀਮਾ ਜਿਸ ਵਿੱਚ ਲਾਹੇਵੰਦ ਕਿਸਾਨ ਦੇ ਖਾਤੇ ਵਿੱਚ ਪੈਸੇ ਸਿੱਧੇ ਆ ਜਮਾ ਕੀਤੇ ਜਾਂਦੇ ਹਨ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕੇਂਦਰ ਸਰਕਾਰ ਦੇ ਵੱਲੋਂ ਫਸਲ ਬੀਮਾ ਯੋਜਨਾ ਸ਼ੁਰੂ ਕੀਤੀ ਗਿਆ ਤਾਂ ਜੋ ਫਸਲ ਦੇ ਨੁਕਸਾਨ ਦੀ ਸੂਰਤ ਵਿੱਚ ਕਿਸਾਨ ਨੂੰ ਆਰਥਿਕ ਮਦਦ ਮਿਲ ਸਕੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਕਿਸਾਨ ਨੂੰ ਇੱਕ ਥਾਂ ਤੇ ਲਿਆਉਣ ਦਾ ਉਪਰਾਲਾ ਕੀਤਾ ਗਿਆ ਤੇ ਇਸ ਯੋਜਨਾ ਦੇ ਲਈ ਸਰਕਾਰ ਦਾ ਇੱਕ ਵਿਜਨ ਅਤੇ ਮਿਸ਼ਨ ਹੈ ਬੀਮਾ ਯੋਜਨਾ ਤਹਿਤ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਜੇਕਰ ਫਸਲਾਂ ਨੂੰ ਆਪਤਕ ਕੀੜਿਆਂ ਜਾਂ ਸੂਕੇ ਦੇ ਨਾਲ ਨੁਕਸਾਨ ਹੁੰਦਾ ਹੈ ਕਿਸਾਨ ਕ੍ਰੈਡਿਟ ਕਾਰਡ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਕੇਂਦਰ ਸਰਕਾਰ ਦੇ ਦੁਆਰਾ 1998 ਦੇ ਬੱਚਾ ਸ਼ੁਰੂ ਕੀਤੀ ਗਈ ਸੀ ਤਾਂ ਜੋ ਕਿਸਾਨਾਂ ਨੂੰ ਉਹਨਾਂ ਦੇ ਖੇਤੀ ਜਾਂ ਖੇਤੀਬਾੜੀ ਕਾਰਜਾਂ ਦੇ ਲਈ ਉਚਿਤ ਕਰਜ਼ਾ ਪ੍ਰਦਾਨ ਕੀਤਾ ਜਾ ਸਕੇ ਇਹਨਾਂ ਖੇਤੀਬਾੜੀ ਜਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਤਹਿਤ ਭਾਰਤ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਦੇ ਲਈ ਸਰਕਾਰੀ ਖਸੂਰੀ ਦੇ ਉੱਪਰ ਵਿੱਚ 4% ਪ੍ਰਤੀ ਸਾਲ ਦੀ ਰੈਤ ਤੇ ਦਰ ਤੇ ਖੇਤੀਬਾੜੀ ਕਾਰਜੇ ਦੀ ਸਹਾਇਤਾ ਪ੍ਰਦਾਨ ਕਰਦੇ ਹੁਣ ਤੱਕ 2.5 ਕਰੋੜ ਕਿਸਾਨ ਇਸ ਜੁਨ੍ਹਾਂ ਦਾ ਲਾਭ ਲੈ ਚੁੱਕੇ ਹਨ ਕੇਂਦਰੀ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੇ ਦੇ ਜੋਇਨਾ ਸ਼ੁਰੂ ਕੀਤਾ ਗਿਆ ਜਿਸ ਵਿੱਚ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦਿੱਤੇ ਜਾਂਦੇ ਹਨ ਤੇ ਦੇਖਦਾ ਕੋਈ ਵੀ ਕਿਸਾਨ ਇਸ ਸਕੀਮ ਦੇ ਤਹਿਤ ਅਪਲਾਈ ਕਰ ਸਕਦਾ ਹੈ ਤੇ ਇਹ ਰਕਮ ਤਿੰਨ ਕਿਸ਼ਤਾਂ ਦੇ ਰੂਪ ਵਿੱਚ ਦਿੱਤੀ ਜਾਂਦੇ ਆ ਜੋ ਕਿ 4 ਮਹੀਨਿਆਂ ਦੇ ਅੰਤਰਾਲ ਤੇ ਦਿੱਤੀ ਜਾਂਦੇ ਐਸ ਨੂੰ ਅਧਿਕਾਰਤ ਵੈਬਸਾਈਟ ਦੇ ਰਾਹੀਂ ਅਪਲਾਈ ਕੀਤਾ ਜਾ ਸਕਦਾ ਉਧਰ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆ ਰਹੀ ਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਰمیانے ਕਿਸਾਨਾਂ ਦੇ ਕਰਜ਼ੇ maaf ਕੀਤੇ ਜਾ ਸਕਦੇ ਹਨ ਜਾਨੀ ਕਿ 2.5 ਏਕੜ ਤੋਂ ਲੈ ਕੇ 5 ਏਕੜ ਤੱਕ ਕਿਸਾਨਾਂ ਦੇ 5 ਲੱਖ ਰੁਪਏ ਤੱਕ ਦੇ ਕਰਜ਼ੇ maaf ਕੀਤੇ ਜਾ ਸਕਦੇ ਹਨ। ਭਗਵੰਤ ਮਾਨ ਅੱਜ ਲੁਧਿਆਣਾ ਦੇ ਵਿੱਚ ਕਰਨਗੇ ਚੋਣ ਪ੍ਰਚਾਰ ਮੁੱਖ ਮੰਤਰੀ ਭਗਵੰਤ ਮਾਨ ਮਿਹਰਬਾਨ ਨੂੰ ਲੁਧਿਆਣਾ ਪਹੁੰਚ ਰਹੇ ਹਨ ਤੇ ਮਾਨ ਉਸਾਨੇਵਾਲ ਦੇ ਵਿੱਚ ਦੁਪਹਿਰ 3 ਵਜੇ ਦੇ ਕਰੀਬ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾ ਸਰਪੱਪੀ ਅਤੇ ਸ਼੍ਰੀ ਫਤਿਹਗੜ੍ਹ ਸਹਿਬ ਤੋਂ ਅਮੀਰਬਾਰ ਗੌਰਪ੍ਰੀਤ ਸੰਗਤ ਜੀਪੀ ਦੇ ਇਲਾਕਿਆਂ ਵਿੱਚ ਚੋਣ ਪ੍ਰਚਾਰ ਕਰਨਗੇ। ਐਸ ਸਦਰਾਂ ਨੂੰ ਲੁਧਿਆਣਾ ਤੇ ਫਤਿਹਗੜ੍ਹ ਸਹਿਬ ਤੋਂ ਵੱਡੀ ਲੀਡਰਸ਼ਿਪ ਅਤੇ ਹਜ਼ਾਰਾਂ ਵਰਕਰ ਪਹੁੰਚਣਗੇ ਕਰੀਬ 4 ਦਿਨ ਪਹਿਲਾਂ ਮੁੱਖ ਮੰਤਰੀ ਮਾਨ ਨੇ ਲੁਧਿਆਣਾ ਦੇ ਹੈਪੋਬਾਲਦ ਵਿੱਚ ਵੀ ਰੋਡ ਸ਼ੋਅ ਕੀਤਾ ਸੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਲੁਧਿਆਣਾ ਸਿਟੀ ਪਲੱਸ ਨੇ ਪੂਰੇ ਪ੍ਰੋਗਰਾਮ ਨੂੰ ਲੈ ਕੇ ਸੁਰੱਖਿਆ ਉਧਾਰ ਦਿੱਤੀ ਹੈ ਪੁਲਿਸ ਨੇ ਸੀਮਾ ਭਗਵੰਤਮਾਨ ਦੇ ਰੋਡ ਸ਼ੋਅ ਦੇ ਰੂਟ ਦੀ ਹਰ ਨੁਕਰਤੇ ਤਿੱਕੀ ਨਜ਼ਰ ਰੱਖੀ ਹੋਈ ਹੈ ਤੇ ਨਾਲ ਹੀ ਹੈਪੋਬਾਲਦ ਵਿੱਚ ਵੀ ਭਾਰੀ ਫੋਰਸ ਤਾਇਨਾਤ ਕੀਤੀ ਗਿਆ ਤੇ ਨਾਲ ਹੀ ਸਿਵਲ ਵਰਦੀ ਵਾਲੇ ਕਈ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵੀ ਰੋਡ ਤੇ ਤਾਇਨਾਤ ਰਹਿਣ ਦੇ ਲਈ ਕਿਹਾ ਗਿਆ ਹੈ